किस किस का नाम लूं मैं मुझे हर किसी ने मारा खाली का पल्व वेख मैं स्तार दी अधूरी स्तर पूरी की गिला मौत से नहीं है मुझे जिंदगी ने मारा आवाज़ सुन टी स्टार वाला शिवा ਪਿਚੇ ਨੂੰ ਚੱਕਿਆ ਤੂੰ ਕਿਹਾ ਕੁਛ ਮੈਂ ਕਿਹਾ ਇੱਕ ਕੱਪ ਚਾਹ ਹੋਰ ਉਹ ਮੁਸਕਰਾ ਕੇ ਫਰਾਈਪੈਨ ਵਿੱਚ ਪਾਣੀ ਮਿੱਠਾ ਪੱਤੀ ਪਾਉਣ ਲੱਗਾ ਉਸ ਤੋਂ ਚਾਹ ਦਾ ਕੱਪ ਫੜ ਜਿਸ ਵਕਤ ਪਹਿਲੀ ਘੁੱਟ ਭਰੀ ਮੈਨੂੰ ਉਸੇ ਤਰ੍ਹਾਂ ਚਾਹ ਅੰਦਰ ਜਾਂਦੀ ਦੀ ਸੀ ਜਿਸ ਤਰ੍ਹਾਂ ਸਿਤਾਰ ਦੀ ਗਰਦਨ ਵਿੱਚ ਦੀ ਅੰਦਰ ਜਾਂਦੀ ਘੁੱਟ ਦੀ ਸੀ ਸੀ ਹਾਂਸੀ ਲੱਗਣ ਤੋਂ ਪਹਿਲਾਂ ਉਸਨੇ ਜੇਲ੍ਹ ਸੁਪਰਡੈਂਟ ਤੇ ਜਲਾਦ ਦੇ ਨਾਲ ਚਾਹ ਪੀਣ ਦੀ ਇੱਛਾ ਪ੍ਰਗਟ ਕੀਤੀ ਸੀ ਜਿਸ ਵਕਤ ਜੇਲ੍ਹ ਦੀ ਸੁਰੱਖਿਆ ਪਰਖ ਵਿੱਚੋਂ ਦੀ ਲੰਘ ਮਾਤੀ ਚਾਹ ਲੈ ਕੇ ਆਇਆ ਅਸੀਂ ਦਫ਼ਤਰ ਵਿੱਚ ਬੈਠੇ ਸਾਂ ਚਾਹ ਚਿੱਕੂ ਦੀ ਟ੍ਰੇ ਵਿੱਚ ਆਈ ਸੀ ਸੁਪਰਡੈਂਟ ਦੀ ਨਜ਼ਰ ਕਪਾਓ ਉੱਤੇ ਟਿੱਕੀ ਹੋਈ ਸੀ ਮੈਂ ਸਤਾਰ ਦੀ ਗਰਦਨ ਵੱਲ ਵੇਖ ਰਿਹਾ ਸੀ ਦੇ ਸ ਵਿੱਚ ਕੱਲ ਨੂੰ ਰੱਸੀ ਪਾਉਣੀ ਹੈ ਗਿਲਮੋਤ ਸੀ ਨਹੀਂ ਹੈ ਮੂਟੇ ਜ਼ਿੰਦਗੀ ਨੇ ਮਾਰਾ ਉਹ ਉਹਨਾਂ ਗੱਲਾਂ ਨੂੰ ਘੋਸ ਰਿਹਾ ਸੀ ਜਿਨ੍ਹਾਂ ਨੇ ਉਸ ਨੂੰ ਹਾਂਸੀ ਦੇ ਤਖਤ ਤੱਕ ਪਹੁੰਚਾ ਦਿੱਤਾ ਉਹ ਖਤਰਨਾਕ ਅਤੰਕਵਾਦੀ ਸੀ ਬੰਬ ਤਮਾਕੀ ਹਥਿਆਰਾਂ ਦੀ ਸਪਲਾਈ ਕਤਲਦਰ ਕਤਲ ਉਸ ਦੇ ਨਾਂ ਨਾਲ ਗੁਨਾਹਾਂ ਦੀ ਲੰਬੀ ਲਿਸਟ ਬੋਲਦੀ ਸੀ ਹਾਂ ਮੈਂ ਅਤਵਾਦੀ ਹਾਂ ਪਰ ਮੁਝੇ ਅਤਨਕਵਾਦੀ ਬਨਾਇਆ ਕਿਸ ਨੇ ਗੰਦੀ ਰਾਜਨੀਤੀ ਨੇ ਇਨ ਭ੍ਰਸ਼ਟ ਨੇਤਾਵਾਂ ਨੇ ਔਰ ਇਸ ਮਰਦਾ ਸਮਾਜ ਨੇ ਪਰ ਉਹ ਆਪਣਾ ਦੋਸ਼ ਹੋਰਾਂ ਸਿਰ ਮੜ ਰਿਹਾ ਸੀ ਜਦੋਂ ਬੋਲ ਬੋਲ ਥੱਕ ਗਿਆ ਕੁਝ ਪਲ ਚੁਪ ਰਿਹਾ ਫਿਰ ਆਖਰੀ ਕੋਟ ਪਰ ਕੇ ਫਿਲਮੀ ਗੀਤ ਗਾਉਣ ਲੱਗਾ ਕਿਸ ਕਿਸ ਦਾ ਨਾਮ ਲੂੰ ਮੈਂ ਮੁਝੇ ਹਰ ਕਿਸੇ ਨੇ ਮਾਰਾ ਉਸ ਦੀਆਂ ਅੱਖਾਂ ਵਿੱਚ ਹੰਝੂ ਵੇਖ ਸੁਪਰਡੈਂਟ ਦੀਆਂ ਅੱਖਾਂ ਵਿੱਚ ਨਮੀ ਉਤਰਾਈ ਸੀ ਪਰ ਉਸਦੇ ਹੱਥ ਕਾਨੂੰਨ ਨਾਲ ਬੱਝੇ ਹੋਏ ਸਨ ਮੈਂ ਵੀ ਆਜ਼ਾਦ ਨਹੀਂ ਸੀ सतार ने अखा पूंज मेरे हाथ फड़ मैं उस दखा चखया वो मौत दे फरिश्ते वग बोलिया एक कप चाय और मिलेगी क्या चाय तो मिल सकती है मगर तुम्हारा टाइम खत्म हो गया कप ट्रे लैके जा चुके माती तो दोबारा चाह मंगवाई बहुत टाइम लग जाना सी। ਉਸਦੀ ਆਖਰੀ ਇੱਛਾ ਨੂੰ ਅਧ ਵਿਚਾਰ ਛੱਡ ਮੈਂ ਦਫ਼ਤਰ ਵਿੱਚੋਂ ਬਾਹਰ ਆ ਗਿਆ ਸੀ ਸਤਾਰ ਨੂੰ ਕਾਲ ਕੋਠੜੀ ਵਿੱਚ ਭੇਜ ਦਿੱਤਾ ਕੱਲ ਨੂੰ ਉਸ ਨਾਲ ਆਖਰੀ ਮੁਲਾਕਾਤ ਹੋਣੀ ਸੀ ਜਿਸ ਦਿਨ ਤੋਂ ਉਸ ਦਾ ਡੈਥ ਵਾਰੰਟ ਜਾਰੀ ਹੋਇਆ ਉਸ ਨਾਲ ਮੇਰੀ ਵੀ ਨੀਂਦ ਉੱਡ ਗਈ ਸੀ ਫਰਸ਼ ਉੱਪਰ ਕੰਬਲ ਵਿਛਾ ਜਦੋਂ ਰਾਤ ਨੂੰ ਅੱਖਾਂ ਬੰਦ ਕਰਦਾ ਹਨੇਰੀ ਕੋਠੜੀ ਵਿੱਚ ਬੈਠਾ ਸਤਾਰ ਦਿਸਣ ਲੱਗਦਾ ਉਹ ਕਦੀ ਰੋਂਦਾ ਕਦੀ ਪਾਗਲਾ ਵਾਂਗ ਹੱਸਦਾ ਕਦੀ ਰਹਿਮ ਦੀ ਭੀਖ ਮੰਗਦਾ ਯਾ ਅੱਲਾ ਯਾ ਅੱਲਾ ਰਹਿਮ ਕਰ ਪਰ ਉਸ ਦੀ ਕੋਈ ਨਾ ਸੁਣਦਾ ਰਾਤ ਦੇ ਸਨਾਟੇ ਵਿੱਚ ਬੀਂਡਿਆਂ ਟਿੱਡਿਆਂ ਦੀ ਆਵਾਜ਼ ਉਸ ਦੀ ਮੌਤ ਨੂੰ ਹੋਰ ਵੀ ਡਰਾਉਣਾ ਬਣਾ ਦਿੰਦੀ ਸੀ ਕਾਂਸੀ ਵਾਲੇ ਦਿਨ ਜਦੋਂ ਕਾਲ ਕੋਸ਼ੀ ਦਾ ਬੂਹਾ ਖੁੱਲਿਆ ਉਹ ਇੱਕ ਖੂੰਜੇ ਵਿੱਚ ਡਰਿਆ ਬੈਠਾ ਸੀ ਉਸ ਨੂੰ ਅੰਤਮ ਇਸ਼ਨਾਨ ਕਰਵਾਉਣਾ ਸੀ ਪਾਣੀ ਠੰਡਾ ਜਾਂ ਗਰਮ ਉਸ ਦੀ ਮਰਜ਼ੀ ਪੁੱਛੀ ਗਈ ਉਹ ਗਰਮ ਪਾਣੀ ਨਾਲ ਨਹਾਇਆ ਚਿੱਟੇ ਕੱਪੜੇ ਪਾਉਣ ਤੱਕ ਕੰਮ ਦਾ ਰਿਹਾ ਮੈਂ ਸੋਚਿਆ ਉਸ ਨੇ ਤੁਰਨਾ ਨਹੀਂ ਸੀ ਪੈਰ ੜਾਉਣੇ ਸਨ ਪਰ ਉਹ ਮੇਰੀ ਸੋਚ ਦੇ ਉਲਟ ਪੁੱਗ ਤਿਆ। ਮੁਲਾਜ਼ਮਾਂ ਨੂੰ ਸਖਤੀ ਨਾ ਕਰਨੀ ਪਈ। ਉਹ ਆਪ ਹੀ ਆਖਰੀ ਸਫਰ ਵੱਲ ਤੁਰ ਪਿਆ ਸੀ। ਤਖਤੇ ਉੱਪਰ ਪੈਰ ਰੱਖਣ ਲਈ ਮੈਂ ਜਿੱਥੇ ਨਿਸ਼ਾਨ ਲਾਏ ਸਨ ਉਹ ਉਹਨਾਂ ਉੱਪਰ ਖੜ ਗਿਆ। ਉਸਦੇ ਹੱਥ ਪਿੱਛੇ ਬੰਨੇ ਹੋਏ ਸਨ। ਪੈਰਬੰਦ ਮੈਂ ਉਹਦੇ ਚਿਹਰੇ ਉੱਪਰ ਕਾਲਾ ਨਕਾਬ ਪਾ ਦਿੱਤਾ। ਗਲ ਵਿੱਚ ਰੱਸੀ ਪਾਉਣ ਵਕਤ ਕੰਨ ਵਿੱਚ ਅੱਖ ਲੱਗਾ ਮਾਫ ਕਰਨਾ ਮੇਰਾ ਕੋਈ ਦੋਸ਼ ਨਹੀਂ ਮੈਂ ਤਾਂ ਆਪਣੀ ਡਿਊਟੀ ਡਿਊਟੀ ਕੇ ਬਾਅਦ ਇੱਕ ਕੱਪ ਚਾਹ ਜ਼ਰੂਰ ਪੀ ਲੈਣਾ ਉਸ ਦੀ ਆਖੀ ਗੱਲ ਮੇਰੇ ਕੰਨਾਂ ਦੇ ਆਰ-ਪਾਰ ਹੋ ਗਈ ਕੜੀ ਤੋਂ ਟਾਈਮ ਵੇਖ ਅਧਿਕਾਰੀ ਨੇ ਹੱਥ ਦਾ ਇਸ਼ਾਰਾ ਕਰ ਦਿੱਤਾ ਮੈਂ ਪਰਨੂ ਮੂੰਹ ਕਰ ਲੀਵਰ ਖਿੱਚ ਦਿੱਤਾ ਸਟਾਰ ਲਾਸ਼ ਬੰਨ ਮੋਤੀ ਖੂ ਵਿੱਚ ਲਟਕ ਗਿਆ ਫਾਂਸੀ ਘਰ ਵਿੱਚ ਸੁੰਨ ਵਰਤ ਗਈ ਉਸ ਦੇ ਪੈਰ ਹਵਾ ਵਿੱਚ ਝੂਲ ਰਹੇ ਸਨ ਪੈਰਾਂ ਵੱਲ ਵੇਖੀ ਜਾਨਾ ਹੈ ਚਾਹ ਵੀ ਪੀ ਲੈ ਪੋਣੀ ਧੋ ਰਿਹਾ ਸ਼ਿਵਾ ਬੋਲਿਆ ਤਾਂ ਕੁਝ ਹੋਰ ਸੀ ਪਰ ਮੈਨੂੰ ਕੁਝ ਹੋਰ ਸੁਣਾਈ ਦਿੱਤਾ ਕਿਤੇ ਫੇਰ ਤਾਂ ਨਹੀਂ ਨਿਸ਼ਾਨ ਦਾ ਭੂਤ ਦਿਸਣ ਲੱਗ ਪਿਆ ਉਹ ਪੋਣੀ ਦੇ ਨਾਲ ਚਾਹ ਹੀ ਨਹੀਂ ਬੰਦੇ ਨੂੰ ਵੀ ਪੁੰਨਦਾ ਸੀ ਮੈਨੂੰ ਉਸ ਤੋਂ ਡਰ ਲੱਗਾ ਉਹ ਮੇਰੇ ਖਿਆਲ ਪੁੰਡ ਰਿਹਾ ਸੀ ਮੈਂ ਚਾਹ ਦੇ ਪੈਸੇ ਦੇਖ ਕੇ ਕਾਲੀ ਨਾਲ ਸੜਕ ਤੇ ਆ ਗਿਆ ਸੜਕ ਤੋਂ ਦੀ ਨਿਸ਼ਾਨ ਦੀ ਕਾਰ ਲੰਗੀ ਉਹ ਸ਼ੀਸ਼ੇ ਵਿੱਚ ਦੀ ਚੋਰ ਅੱਖ ਨਾਲ ਚੱਕਿਆ ਮੈਂ ਕਾਰ ਦੇ ਪਿੱਛੇ ਭੱਜ ਲਿਆ ਰੁਕ ਜਾ ਰੋਸ਼ਨ ਲਾਸ਼ ਕਾਰ ਨਹੀਂ ਚਲਾਉਂਦੀ ਹੁੰਦੀ ਘੇਤੂ ਨੂੰ ਆਈ ਆਵਾਜ਼ ਪੈਰਾਂ ਵਿੱਚ ਰੱਸੀ ਵਾਂਗ ਲਿਪਟ ਗਈ ਮੈਂ ਮਰਨ ਵਾਲੇ ਦੇ ਸਾਹਾਂ 'ਵਾਂ ਰੁਕ ਗਿਆ ਜਨਦੀਕਾਰ ਦੀ ਪੇਛ ਗਾਇਬ ਹੋ ਗਈ ਮੈਂ ਰੋਸ਼ੀ ਜਲਾਤੋਂ ਬਾਈ ਦਾ ਪੁੱਤ ਰੋਸ਼ਨ ਹੋ ਗਿਆ ਇੱਕ ਮੁੱਦਤ ਬਾਅਦ ਆਪਣਾ ਅਸਲੀ ਨਾਂ ਸੁਣਿਆ ਸੀ ਬਾਈ ਨੇ ਮੇਰਾ ਨਾਂ ਰੋਸ਼ਨਦੀਪ ਸਿੰਘ ਰੱਖਿਆ ਉਹ ਬੀਬੀ ਨੂੰ ਆਖਦਾ ਹੁੰਦਾ ਇਹ ਵੱਡਾ ਹੋ ਕੇ ਆਪਣਾ ਨਾਂ ਰੋਸ਼ਨ ਕਰੂਗਾ ਵੱਡਾ ਹੋ ਕੇ ਜਦੋਂ ਪੜ੍ਹਨ ਲੱਗਾ ਯਾਰ ਦੋਸਤ ਰੋਸ਼ੀ ਆਖ ਲੱਗੇ ਕਈ ਜਾਣ ਬੁੱਝ ਕੇ ਆਖਦੇ ਓਏ ਰੋਸ਼ੀ ਤੇਰਾ ਨਾਂ ਸੁਣ ਕੇ ਰਸੀ ਕਿਉਂ ਯਾਦ ਆ ਜਾਂਦੀ ਯਾਰ ਰਸੀ ਤਾਂ ਯਾਦ ਆਉਣੀ ਹੀ ਸੀ ਇਹ ਜਲਾਦੂ ਹੋਇਆ ਉਫ ਰੋਸ਼ੀ ਜਲਾਦ ਸਕੂਲ ਪੜ੍ਹਨ ਵਾਲੀ ਟੋਲੀ ਨਾਲ ਜਦੋਂ ਕਾਲਜ ਪੜ੍ਹਨ ਲੱਗਿਆ ਕਾਲਜ ਵਿੱਚ ਇੱਕ ਗੁਲਾਬ ਦੇ ਫੁੱਲ ਵਰਗੀ ਕੁੜੀ ਸੀ ਉਸ ਦਾ ਨਾਂ ਰੋਜ਼ੀ ਸੀ ਜਦੋਂ ਵੀ ਸਾਡੀ ਟੋਲੀ ਕੰਟੇਨ ਚਾਹ ਪੀਣ ਜਾਂਦੀ ਉਹ ਮੇਰੇ ਕਾਲੇ ਰੰਗ ਨੂੰ ਮਸਕਰਿਆਂ ਕਰਦੀ ਮੇਰੀ ਸ਼ਕਲ ਦਾ ਮਜ਼ਾਕ ਉਡਾਉਂਦੀ ਜਿਸ ਵਕਤ ਕੁਝ ਬਣਨ ਦੀ ਗੱਲ ਤੁਰਦੀ ਉਹ ਮੇਰੇ ਵੱਲ ਵੇਖ ਤਾੜੀਆਂ ਮਾਰ ਹੱਸਣ ਲੱਗਦੀ ਉਰਫ਼ ਬੋਲੇ ਤੋਂ ਰੋਸੀ ਜਲਾਦ ਮੇਰਾ ਨਾਂ ਰੱਖੋ ਸ਼ਗਨਾ ਦਾ ਚੂੜਾ ਪਾ ਹਸਨਪੁਰ ਵਾਲੇ ਜਿੰਦੀ ਦਾ ਘਰ ਰੋਸ਼ਨ ਕਰਨ ਚਲੀ ਗਈ ਸੀ ਪਰ ਮੈਂ ਉਸ ਕਾਰਨ ਜਲਾਦ ਨਹੀਂ ਬਣਿਆ ਬਾਈ ਤੇ ਬੀਬੀ ਦੀਆਂ ਆਸਾਂ ਦਾ ਦੀਪ ਬੁਝਾਉਣ ਵਾਲਾ ਤਾਂ ਨਿਸ਼ਾਨ ਸੀ ਜਿਸ ਰਾਤ ਉਸ ਦੀ ਫੈਕਟਰੀ ਵਿੱਚ ਅੱਗ ਲੱਗੀ ਸਾਰਾ ਪਿੰਡ ਇਲਾਕਾ ਸਲਗੂਠਿਆ ਲੋਕ ਗੱਲਾਂ ਕਰ ਰਹੇ ਸਨ ਉ ਹੋਇਆ ਤਾਂ ਮਾੜਾ ਪਰ ਇੰਨੇ ਵੀ ਵਿਆਜ ਜਲਾ ਲਾ ਪਤਾ ਨਹੀਂ ਕਿੰਨੇ ਕੁ ਕਰਾਂ ਦੇ ਦੀਪ ਜਾਈ ਨੇ ਅਖੀਰ ਆਪਣੀ ਅੱਗ ਵਿੱਚ ਆਪ ਹੀ ਸੜ ਗਿਆ ਉਹ ਜੇ ਕੱਲਾ ਹੀ ਸੜਦਾ ਤਾਂ ਕੋਈ ਗੱਲ ਨਹੀਂ ਸੀ ਪਰ ਨਾਲ ਆ ਜਿਹੜਾ ਸਾਰਾ ਟੱਬਰ ਹੀ ਸੜ ਗਿਆ ਇਹ ਮਾੜੀ ਹੋ ਗਈ ਇੱਕ ਪਲ ਲਈ ਸਾਰਾ ਪਰਿਵਾਰ ਸੜ ਜਾਂਦਾ ਮੈਨੂੰ ਹੀ ਅਫਸੋਸ ਹੁੰਦਾ ਪਰ ਅਗਲਾ ਹੀ ਪਲ ਖੇਤ ਖੜੀ ਉਸ ਟਾਲੀ ਲਜਾ ਖੜਾਉਂਦਾ ਜਿਸ ਬਾਰੇ ਰੋਜ਼ੀ ਗਿੱਧੇ ਵਿੱਚ ਬੋਲੀਆਂ ਪਾਉਂਦੀ ਹੁੰਦੀ ਸੀ ਕੀ ਕਰੇ ਕੂੰ ਕੂੰ ਹਾਨੀਆ ਟਾਲੀ ਤੇ ਉਸ ਦੀ ਬੋਲੀ ਸੁਣ ਟਾਲੀ ਤੇ ਲਟਕਦੀ লাশ ਬੋਲਦੀ ਸੁਣਾਈ ਦਿੰਦੀ ਨਾ ਨਾ ਮੇਰਾ ਦਿਲ ਨਹੀਂ ਮੰਨਦਾ ਨਿਸ਼ਾਨ ਮਰ ਗਿਆ ਉਹ ਮਰਿਆ ਨਹੀਂ ਤੂੰ ਪਤਾ ਕਰੀ ਮੈਂ ਜਦੋਂ ਪਤਾ ਕੀਤਾ ਇੱਕ ਅਜੀਬ ਗੱਲ ਪਤਾ ਲੱਗੀ ਜਿਸ ਰਾਤ ਫੈਕਟਰੀ ਵਿੱਚ ਅੱਗ ਲੱਗੀ ਉਸ ਰਾਤ ਤੋਂ ਅਗਲੀ ਸਵੇਰ ਦਾਸੀ ਦਾ ਪਰਿਵਾਰ ਗਾਇਬ ਸੀ ਉਸ ਬਾਰੇ ਅਖਬਾਰ ਵਿੱਚ ਖਬਰ छपी ਸੀ ਬੀਤੀ ਰਾਤ ਨਿਸ਼ਾਨ ਸਟੀਲ ਫੈਕਟਰੀ ਵਿੱਚ ਅੱਗ ਲੱਗ ਗਈ ਜਿੱਥੇ ਫੈਕਟਰੀ ਦੀ ਸੰਪਤੀ ਦਾ ਭਾਰੀ ਨੁਕਸਾਨ ਹੋਇਆ ਉੱਥੇ ਫੈਕਟਰੀ ਦਾ ਮਾਲਕ ਨਿਸ਼ਾਨ ਸਿੰਘ ਆਪਣੇ ਦੋ ਬੱਚਿਆਂ ਤੇ ਪਤਨੀ ਸਮੇਤ ਸੜ ਕੇ ਰਾਖ ਹੋ ਗਿਆ ਉਹ ਪਰਿਵਾਰ ਨਾਲ ਕੁੰਮਣ ਆਇਆ ਸੀ ਪਰ ਵਾਪਸ ਨਹੀਂ ਜਾ ਸਕਿਆ ਕਟਨਾ ਵਾਲੀ ਰਾਤ ਤੋਂ ਹੀ ਫੈਕਟਰੀ ਦਾ ਚੌਂਕੀਦਾਰ ਦਾਸੀ ਆਪਣੇ ਪਰਿਵਾਰ ਸਮੇਤ ਗਾਇਬ ਹੈ ਪੁਲਿਸ ਨੇ ਉਸ ਉੱਪਰ ਸ਼ੱਕ ਦੇ ਆਧਾਰ ਤੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ ਮੈਨੂੰ ਖਬਰ ਸ਼ੱਕੀ ਲੱਗੀ ਮੈਂ ਖੋਜ ਸ਼ੁਰੂ ਕਰ ਦਿੱਤੀ ਸੋਸ਼ਲ ਮੀਡੀਆ ਟੀਵੀ ਅਖਬਾਰ ਹਰ ਖਬਰ ਦੀ ਸਾਰ ਰੱਖਦਾ ਜਿੱਥੇ ਵੀ ਸੂ ਮਿਲਦੀ ਸੁਰਾਗ ਲੱਭਣ ਦੀ ਕੋਸ਼ਿਸ਼ ਕਰਦਾ ਹਾਈਵੇ ਤੋਂ ਪਿੰਡ ਨੂੰ ਮੁੜਦੀ ਸੜਕ ਦੇ ਮੋੜ ਤੇ ਨਿਸ਼ਾਨ ਦੀ ਫੈਕਟਰੀ ਸੀ। ਇੱਕ ਰਾਤ ਖੁਰਾਕ ਖੋਜ ਲੱਭਦਾ ਮੈਂ ਬਿਰਾਨ ਪਈ ਫੈਕਟਰੀ ਵਿੱਚ ਜਾ ਪੁੱਜਾ। ਖੁੱਲਾ ਜੰਗ ਲੱਗਿਆ ਗੇਟ। ਤੋਂ ਇਹ ਨਾਲ ਕਾਲੀਆਂ ਹੋਈਆਂ ਕੰਧਾਂ। ਸਾਰੀ ਇਮਾਰਤ ਦੇ ਖਿੜਕੀ ਅੰਦਰਵਾਜ਼ੇ ਸੜ ਚੁੱਕੇ ਸਨ। ਰਾਖ ਛਾਂ ਦਾ ਜਦੋਂ ਮੈਂ ਦਾਸੀ ਦੇ ਖਾਲੀ ਕੁਆਟਰ ਕੋਲ ਪੁੱਜਾ ਹਨੇਰੇ ਵਿੱਚੋਂ ਆਹਟ ਉਭਰੀ। ਮੈਂ ਸਾਰੋਕ ਕੇ ਖੜਾ ਹੋ ਗਿਆ ਕੋਈ ਚੋਰਾ ਵਾਂਗ ਉੱਤਰ ਰਿਹਾ ਸੀ ਮੈਂ ਧਿਆਨ ਨਾਲ ਸੁਣਿਆ ਉਹ ਕਿਸੇ ਨਾਲ ਮੋਬਾਈਲ ਤੇ ਗੱਲ ਕਰ ਰਿਹਾ ਸੀ ਹਾਂ ਹਾਂ ਮੈਂ ਨਿਸ਼ਾਨ ਬੋਲ ਰਿਹਾ ਨਿਸ਼ਾਨ ਆਵਾਜ਼ ਸੁਣ ਮੇਰੀ ਚੀਕ ਨਿਕਲ ਗਈ ਕੋਈ ਪਰਾਂ ਨੂੰ ਭੱਜਿਆ ਮੈਂ ਮੋਬਾਈਲ ਦੀ ਟਾਰਚ ਜਗਾ ਲਈ ਉਹ ਹਨੇਰੇ ਵਿੱਚ ਗਾਇਬ ਹੋ ਗਿਆ ਸੀ ਮੈਂ ਰੌਸ਼ਨੀ ਦਾ ਗੋਲ ਦਾਇਰਾ ਜ਼ਮੀਨ ਉੱਪਰ ਸੁਟਿਆ। ਮਿੱਟੀ ਉੱਪਰ ਪੁੱਠੇ ਪੈਰਾਂ ਦੇ ਨਿਸ਼ਾਨ ਸਨ। ਸੜਕ ਤੇ ਕਾਰ ਦੇ ਟਾਇਰਾਂ ਦੀ ਮਿੱਟੀ ਦੇ ਨਿਸ਼ਾਨ ਸਨ। ਉਹਨਾਂ ਉੱਪਰ ਪੈਰ ਰੱਖ ਕੇ ਮੈਂ ਵੱਟੇ-ਵੱਟ ਸਾਡੇ ਖੇਤ ਵੱਲ ਨੂੰ ਹੋ ਤੁਰ ਪਿਆ। ਕੱਚੇ ਪਹੇ ਤੋਂ ਪਾਰ ਦਰਖਤਾਂ ਦਾ ਝੁੰਡ ਖੜਾ ਸੀ। ਮੋਟਰ ਵਾਲੇ ਕੋਠੇ ਕੋਲ ਟਾਲੀ ਖੜੀ ਸੀ। ਉਸੇ ਢੇਠਾਂ ਮੈਂ ਖੇਡਦਾ ਹੁੰਦਾ। ਮੇਰੀ ਨਜ਼ਰ ਉਸਦੇ ਝੁਕੇ ਹੋਏ ਟਾਣੇ ਉੱਪਰ ਜਾ ਟਿਕੀ ਉਸ ਤੇ ਬਾਈ ਦੀ লাশ ਲਟਕ ਰਹੀ ਸੀ ਜਿੰਨਾ ਬਾਹਾਂ ਨੇ ਮੈਨੂੰ ਗੋਦੀ ਚੁੱਕ ਖਿਡਾਇਆ ਉਹੇਠਾ ਲਟਕ ਰੀਆਂ ਸਨ ਜਿਸ ਕਦਨਦਵਾਲੇ ਬਾਹਾਂ ਪਾਪਾ ਖਿਰਦਾ ਹੁੰਦਾ ਉਹ ਰੱਸੀ ਵਿੱਚ ਫਸੀ ਹੋਈ ਸੀ ਸੋ ਹੱਗਾ ਦਿਨ ਵਕਤ ਬਾਈ ਦੀਆਂ ਲੱਤਾਂ ਨੂੰ ਫੜ ਜਿੰਨਾ ਪੈਰਾਂ ਵਿੱਚਕਾਰ ਬੈਠ ਝਾਟੀ ਲੈਂਦਾ ਹੁੰਦਾ ਸੀ ਉਹ ਹਵਾ ਵਿੱਚ ਝੂਲ ਰਹੇ ਸਨ ਕੋਲ ਖੜੀ ਬਲਦਾਂ ਦੀ ਜੋੜੀ ਜਿਬਨਰ ਉਸਤੇ ਪੈਰ ਚੜ ਰਹੀ ਸੀ ਟਾਲੀ ਤੇ ਲਟਕਦੀ লাশ ਵੇਖ ਹੱਥ ਵਿੱਚੋਂ ਚਾਹ ਵਾਲਾ ਡੰਡੂ ਛੁੱਟ ਗਿਆ ਮੈਂ ਬਾਈ ਦੀ 10 ਵਜੇ ਵਾਲੀ ਚਾਹ ਲੈ ਕੇ ਖੇਤ ਗਿਆ ਸੀ ਪੈੜ ਚਾਲ ਸੁਣ ਦੋਵੇਂ ਬਲਦ ਪਹਿਲਾਂ ਮੇਰੇ ਵਾਲ ਚੱਕ ਕੇ ਫਿਰ ਬਾਈ ਦੇ ਪੈਰਾਂ ਵਾਲ ਚੱਕ ਕੇ ਉਹ ਮੈਨੂੰ ਕੁਝ ਦੱਸ ਰਿਹਾ ਸੀ ਮੈਂ ਉਹਨਾਂ ਦੀਆਂ گردਨਾਂ ਨੂੰ ਜੱਫੀ ਪਾ ਰੋਣ ਲੱਗਾ ਫੁੰਕਾਰਾਂ ਮਾਰ ਉਹ ਦੂਗਦਮ ਪਿੱਛੇ ਹਟ ਗਏ ਮੈਂ ਅੱਗੇ ਵੱਧ ਬਾਈ ਦੇ ਹਵਾ ਵਿੱਚ ਝੂਲਦੇ ਪੈਰਾਂ ਨੂੰ ਬਲਦਾ ਵਾਂਗ ਚੱਟਣ ਲੱਗ ਪਿਆ ਚੱਲ ਤਕੜਾ ਹੋ ਸ਼ਿਰਾ লাশ ਬਹੁਤਾ ਚਿਰ ਲਟਕਦੀ ਨਹੀਂ ਛੱਡੀਦੀ ਲਿਆ ਹੀਠਾ ਲਈ ਬਾਈ ਦੇ ਪੈਰਾਂ ਨੂੰ ਫੜ ਕੇ ਮਾਰੀ ਚੀਕ ਕਦੋਂ ਆੜ ਦੁਆਲੇ ਖੇਤਾਂ ਵਿੱਚ ਫੈਲ ਗਈ ਕਦੋਂ ਖੇਤਾਂ ਵਾਲੇ ਆ ਕੇ লাশ ਨੂੰ ਹੀਠਾ ਉਤਾਰਨ ਲੱਗੇ ਸਭ ਕੁਝ ਸਮਝ ਤੋਂ ਬਾਹਰ ਹੋ ਗਿਆ ਸੀ ਪਰ ਜਿਸ ਦਿਨ ਮੈਂ ਪਹਿਲੀ ਵਾਰ ਫਾਂਸੀ ਦਿੱਤੀ ਉਸ ਦਿਨ ਹਰ ਗੱਲ ਮੇਰੀ ਸਮਝ ਵਿੱਚ ਸੀ